ਹਾਂਜੀ ਸਾਥੀ ਕਾਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕੈਰੀਫ ਉਤੇ ਤੇ ਅੱਜ ਦੇ ਵਾਸਤੇ ਬਹੁਤ ਹੀ ਵਧੀਆ ਇਨਫੋਰਮੇਸ਼ਨ ਲੈ ਕੇ ਆਇਆ ਤੇ ਇਨਫੋਰਮੇਸ਼ਨ ਹੈ ਜੀ ਬਬਾ ਫ੍ਰੀ ਯੂਨੀਵਰਸਿਟੀ ਆਫ ਹੈਲਥ ਸਾਇੰਸ ਫ੍ਰੀਕ ਤੋਂ ਹੁਣੇ-ਹੁਣੇ ਜੇ ਦੇਖ ਸਕਦੇ 14 12 2021 ਆ日期 ਨੂੰ ਹੀ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਤੇ ਨੋਟੀਫਿਕੇਸ਼ਨ ਹੈ ਜੀ ਜਿਨ੍ਹਾਂ ਦਾ ਵੀ ਬॉय ਸਟੂਡੈਂਟ ਕਮੈਂਟ ਕਰਦੇ ਹੁੰਦੇ ਸੀ ਸਾਡੀ ਐਕਸਪੀਰੀਅੰਸ ਹੈ ਕਿ ਇਹਦਾ 5 ਸਾਲ ਦਾ ਕਿਹਾ 10 ਸਾਲ ਦਾ ਜਿੰਦਾ ਦਾ ਵੀ ਹੈ ਠੀਕ ਹੈ ਬॉय ਸਟੂਡੈਂਟ ਕਮੈਂਟ ਕਰਦੇ ਹੁੰਦੇ ਸੀ ਕਿ ਸਾਡੇ ਮੇਰੇ ਇਹ ਨੰਬਰ ਬੰਨ੍ਹਦੇ ਸੀ ਪਰ ਮੇਰਾ ਜੋ ਨੰਬਰ ਹੈ ਲਿਸਟ ਵਿੱਚ ਨਹੀਂ ਆਇਆ ਠੀਕ ਹੈ ਸੋ ਕੁਝ ਦਿਨ ਪਹਿਲਾਂ ਮੈਂ ਇੱਕ ਵੀਡੀਓ ਪਾਈ ਸੀਗੀ ਤੁਸੀਂ ਦੇਖੀ ਹੋਊਗਾ ਟੈਲੀਗ੍ਰਾਮ ਗਰੁੱਪ ਵਿੱਚ ਮੈਂ ਇੱਕ ਨੋਟੀਫਿਕੇਸ਼ਨ ਵੀ ਪਾਇਆ ਸੀਗਾ ਸੋ ਉਹ ਜਿਹੜੀ ਲਿਸਟ ਜਾਰੀ ਕੀਤੀ ਗਈ ਐਕਸਪੀਰੀਅੰਸ ਵਾਲੇ ਜੋ ਸਟੂਡੈਂਟਸ ਸੀਗੇ ਉਹਨਾਂ ਦੀ ਜੋ ਲਿਸਟ ਜਾਰੀ ਕੀਤੀ ਗਈ ਸੀਗੀ ਠੀਕ ਹੈ ਉਸ ਵਿੱਚ ਬਹੁਤ ਸਾਰੇ ਵਿਦਿਆਰਥੀਆਂ ਦੇ ਨਾਮ ਆਏ ਸੀ ਸੋ ਜਿਨ੍ਹਾਂ ਦੇ ਨਾਮ ਆਏ ਸੀ ਉਹਨਾਂ ਨੂੰ ਡਾਕੂਮੈਂਟ ਵੈਰੀਫਿਕੇਸ਼ਨ ਲਈ ਉਹਨਾਂ ਨੂੰ ਬੁਲਾਇਆ ਜਾ ਰਿਹਾ ਹੈ ਠੀਕ ਹੈ ਸੋ ਇਹ ਹੈ ਜੀ ਕੈਟੇਗਰੀ ਵਾਈਜ਼ ਓਪਨ ਮੈਰਿਟ ਤੁਸੀਂ ਦੇਖ ਸਕਦੇ ਹੋ ਠੀਕ ਹੈ ਐਸਸੀ ਐਮਬੀ ਫਿਜ਼ੀਕਲ ਹੈਂਡੀਕੈਪ ਸਾਰਿਆਂ ਦੇ ਜ ਜੋ ਅਮੈਲਿਸਟ ਗਈ ਸੀਗੀ ਠੀਕ ਹੈ 20 12 2021 9 ਵਜੇ ਠੀਕ ਹੈ ਤੇ 20 12 2021 1 ਵਜੇ ਇਹਨਾਂ ਨੂੰ ਬੁਲਾਇਆ ਗਿਆ ਠੀਕ ਹੈ ਕਿੱਥੇ ਬੁਲਾਇਆ ਗਿਆ ਜੀ ਜੀ ਐਸ ਐਸ ਜੀ ਜੀ ਐਸ ਮੈਡੀਕਲ ਕਾਲਜ ਫਰੀਦਕੋਟ ਠੀਕ ਹੈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਠੀਕ ਹੈ ਇੱਥੇ ਬੁਲਾਇਆ ਗਿਆ ਹੈ ਇਹ ਤੁਹਾਡਾ ਜੋ ਡੋਮਨ ਵੈਰੀਫਿਕੇਸ਼ਨ ਦਾ ਸਥਾਨ ਹੈ ਠੀਕ ਹੈ ਸੋ ਇਹਦੇ ਤੁਸੀਂ ਆਪਣਾ ਪਹੁੰਚ ਦਾ ਕਰ ਦੇਣਾ ਹੈ ਠੀਕ ਹੈ ਕਿੰਨੀ ਤਰੀਕ ਨੂੰ 20 12 2021 ਨੂੰ ਠੀਕ ਹੈ ਸੋ ਵਰੀਆ ਇਨਫੋਰਮੇਸ਼ਨ ਹੈ ਜਿਨ੍ਹਾਂ ਦਾ ਐਕਸਪੀਰੀਅੰਸ ਸੀਗਾ ਠੀਕ ਹੈ ਸੋ ਉਸ ਤੋਂ ਬਾਅਦ ਉਹਨਾਂ ਨੇ ਕੁਝ ਹਦਾਇਤਾਂ ਦਿੱਤੀਆਂ ਹਨ ਹਦਾਇਤਾਂ ਜੀ ਤੁਸੀਂ ਆਪਣਾ ਜੋ ਜਿੰਨੇ ਵੀ origignal ਆਪਣੇ ਸਰਟੀਫਿਕੇਟ ਹਨ ਜਿੰਨੇ ਵੀ ਹਨ ਤੁਸੀਂ ਉਹ origignal ਸਰਟੀਫਿਕੇਟ ਲੈ ਕੇ ਜਾਣਾ ਹੈ ਵਿਦ ਐਕਸਪੀਰੀਅੰਸ ਵਾਲਾ ਜੋ ਸਰਟੀਫਿਕੇਟ ਤੁਹਾਡਾ ਉਹ ਵੀ ਤੁਸੀਂ ਲੈ ਕੇ ਜਾਣਾ ਹੈ ਠੀਕ ਹੈ ਬਾਕੀ ਤੁਸੀਂ ਆਪਣੇ ਜੋ ਤੁਹਾਡਾ ਜਿਵੇਂ 10ਵੀਂ 12ਵੀਂ ਦਾ origignal ਸਰਟੀਫਿਕੇਟ ਉਹ ਵੀ ਤੁਸੀਂ ਲੈ ਕੇ ਜਾਣੇ ਆ ਠੀਕ ਹੈ ਜੋ ਕਾਉਂਸਲਿੰਗ ਫੀਸ ਹੈ ਉਹ 500 ਰੁਪਏ ਹੈ ਠੀਕ ਹੈ ਤੇ ਜੋ ਐਸਸੀ ਦੀ ਹੈ ਉਹ ਹੈ 250 ਠੀਕ ਹੈ 250 ਐਸਸੀ ਵਾਲਿਆਂ ਦੀ ਬਾਕੀਆਂ ਦੀ ਹੈ 500 ਰੁਪਏ ਫੀਸ ਕਾਉਂਸਲਿੰਗ ਫੀਸ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਪੜ ਸਕਦੇ ਹੋ ਮੈਂ ਟੈਲੀਗ੍ਰਾਮ ਗਰੁੱਪ ਵਿੱਚ ਇਹਦਾ ਜੋ ਇਹ ਨੋਟੀਫਿਕੇਸ਼ਨ ਹੈ ਪਾ ਦੂੰਗਾ ਠੀਕ ਹੈ ਤੁਸੀਂ ਆਰਾਮ ਨਾਲ ਜਾ ਕੇ ਪੜ ਸਕਦੇ ਹੋ ਲਿੰਕ ਮੈਂ ਡਿਸਕ੍ਰਿਪਸ਼ਨ ਜਿੱਦਾ ਜਰੂਰ ਜੁਆਇਨ ਕਰ ਲਓ ਉੱਤੇ ਹੋਰ ਵੀ ਜਾਣਕਾਰੀ ਤੁਹਾਨੂੰ ਪ੍ਰਦਾਨ ਕਰਵਾਉਂਦੇ ਰਹਿੰਨੇ ਆ ਠੀਕ ਹੈ ਬਾਕੀ ਕੋਵਿਡ 19 ਬਾਰੇ ਤੁਹਾਨੂੰ ਦਿੱਤਾ ਗਿਆ ਥੋੜਾ ਇਹ ਵੀ ਪੜ ਲਿਓ ਠੀਕ ਹੈ ਮਾਸਕ ਵਗੈਰਾ ਦਾ ਲੱਗਿਆ ਜਾਓ ਠੀਕ ਹੈ ਵਾਟਰ ਬੋਤਲ ਤੁਸੀਂ ਲਿਆ ਜਾ ਸਕਦੇ ਹੋ ਠੀਕ ਹੈ ਸਾਰਾ ਚੰਗੀ ਤਰ ਠੀਕ ਹੈ ਜੀ ਸੋ ਕਿਦਾਂ ਲੱਗੀ ਜਾਣਕਾਰੀ ਲਾਈਕ ਸ਼ੇਅਰ ਕਮੈਂਟ ਕਰ ਦਿਓ ਸੋਨਾ ਅਤੇ ਹੋਰ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਠੀਕ ਹੈ ਤਾਂ ਮਿਲਦੇ ਹਾਂ ਜੀ ਇਦਾਂ ਦੀ ਇੱਕ ਹੋਰ ਨਵੀਂ ਵੀਡੀਓ ਨਾਲ ਉਦੋਂ ਤੱਕ ਲਈ ਰੱਬ ਰੱਖਾ